ਰਾਣਾ ਜੀ ਆ ਜਾਓ ਨੇੜੇ ਆ ਜਾਓ ਸਾਰੇ ਕੁੰਦਲ ਸਾਹਿਬ ਹਾਂ ਤਖਤੀਆਂ ਚੱਕ ਲਓ ਭਾਜੀ ਤਖਤੀਆਂ ਪਿੱਛੇ ਦਿਖਾ ਦਿਓ ਤਖਤੀਆਂ ਚੱਕ ਲਓ ਜਿਹਨਾਂ ਦੇ ਹੱਥ 'ਚ ਹੈਗੇ ਕੋਈ ਸਾਥੀ ਦੂਰ ਦਾ ਰਵੇ ਸਾਰੇ ਨੇੜੇ ਆ ਜਾਓ ਜੀ ਅਜੇ ਜੀ ਠੀਕ ਹੈ ਨਾ ਨਾ ਬਸ ਮੋਕਰ ਬੰਦ ਕਰ ਦੇ ਇਸ ਲਈ ਆਵਾਜ਼ ਫਿਰ ਆਵਾਜ਼ ਖੰਡੀ ਆ ਬੋਲੋ ਜੀ ਤੁਸੀਂ ਬੋਲਾਂ ਵੀਰ ਜੀ ਬੋਲਾਂ ਦੱਸੋ ਹਾਂਜੀ ਇੱਕ ਦੋ ਤਿੰਨ ਬਟਾਲਾ ਜੀ ਚਾਰ ਇੱਕ ਇੱਕ ਮਿੰਟ ਲਾ ਬਸ ਹਾਂ ਇੱਕ ਮਿੰਟ ਸਰ ਅੱਜ ਕਿਸ ਤਰ੍ਹਾਂ ਦੀ ਮੂਵਮੈਂਟ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਹੜਾ ਕਿ ਤੁਸੀਂ ਮਤਲਬ ਫੈਸਲਾ ਕੀਤਾ ਝਾੜੂ ਫੂਕਣ ਦਾ ਇਹ ਕੀ ਕਾਰਨ ਹੈ ਰੈਜ਼ਰਵੇਸ਼ਨ ਚੋਰ ਫੜੋ ਮੋਰਚੇ ਵੱਲੋਂ ਅੱਜ ਅਸੀਂ ਪੰਜਾਬ ਸਰਕਾਰ ਦਾ ਜਿਹੜਾ ਪਿੱਟ ਸਿਆਪਾ ਕਰ ਰਹੇ ਹਾਂ ਝਾੜੂ ਦਾ ਜਿਹੜਾ ਹੈਗਾ ਫੂਕ ਕੇ ਅਸੀਂ ਆਪਦਾ ਰੋਸ ਜ਼ਾਹਰ ਕਰ ਰਹੇ ਹਾਂ ਕਿਉਂਕਿ ਪਿਛਲੇ 40 ਦਿਨ ਤੋਂ ਅਸੀਂ ਇੱਥੇ ਬੈਠੇ ਹਾਂ ਸਰਕਾਰ ਦੇ ਇੱਕ ਵੀ ਨੁਮਾਇੰਦੇ ਨੇ ਸਾਡੇ ਪੰਜਾਬ ਦੇ SC BC ਸਮਾਜ ਦੀਆਂ ਮੰਗਾਂ ਦੇ ਪ੍ਰਤੀ ਕੋਈ ਵੀ ਉਹਨਾਂ ਨੇ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ ਗਾ ਸੋ ਉਲਟਾ ਸਾਡੇ ਮੋਰਚੇ ਦੇ ਅਹਿਮ ਸਾਥੀ ਹੈ ਬਲਵੀਰ ਸਿੰਘ ਆਲਮਪੁਰ ਉਹਨਾਂ 'ਤੇ ਇੱਕ ਨਜਾਇਜ਼ ਝੂਠਾ ਪਰਚਾ ਕਰਕੇ ਉਹਨਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਜਿਸ ਦੇ ਰੋਸ ਵਜੋਂ ਅਸੀਂ ਅੱਜ ਇਹ ਝਾੜੂ ਫੂਕ ਰਹੇ ਹਾਂ ਅਤੇ ਆਉਣ ਜੇਕਰ ਸਰਕਾਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਸੰਵਿਧਾਨਕ ਮੰਗਾਂ ਨਹੀਂ ਪੂਰੀਆਂ ਕੀਤੀਆਂ ਤਾਂ ਅਸੀਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵੱਖ ਵੱਖ ਤਹਿਸੀਲਾਂ 'ਚ ਜਾ ਕੇ ਆਪਣੀਆਂ ਮੰਗਾਂ ਮਨਵਾਵਾਂਗੇ ਅਤੇ ਸਾਡੇ ਸਾਥੀ ਆ ਜਿਹੜਾ ਬਲਵੀਰ ਸਿੰਘ ਆਲਮਪੁਰ ਕਿਉਂਕਿ ਦੇਖੋ ਜਿਹੜੇ PC Act ਦੀ ਵਿਜੀਲੈਂਸ ਗੱਲ ਕਰ ਰਹੀ ਹੈ ਉਹਦੇ ਵਿੱਚ ਧਾਰਾ 7 ਦੇ ਤਹਿਤ ਤਾਂ ਉਹਨਾਂ ਨੇ ਪਰਚਾ ਕਰਤਾ ਪਰ ਉਹਦੇ ਵਿੱਚ ਹੀ AC Bill ਦੇ ਵਿੱਚ ਧਾਰਾ 8 ਕਹਿ ਰਹੀ ਹੈ ਕਿ ਪਰ ਜੋ ਰਿਸ਼ਵਤ ਦੇ ਰਿਹਾ ਉਹ ਵੀ ਉਨਾ ਹੀ ਦੋਸ਼ੀ ਹੈ ਜਿੰਨਾ ਕਿ ਲੈਣ ਵਾਲਾ ਦੋਸ਼ੀ ਹੈ ਸੋ ਜਿਹੜਾ ਵਿਜੀਲੈਂਸ ਦਾ ਇਹ ਇੱਕ ਪਾਸੜ ਰਵੱਈਆ ਵਾ ਅਸੀਂ ਇਹਦਾ ਵਿਰੋਧ ਕਰਦੇ ਹਾਂ ਅਤੇ ਅਸੀਂ ਵਿਜੀਲੈਂਸ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਇਹ ਗੱਲ ਕਹਿੰਦੇ ਹਾਂ ਕਿ ਜੇਕਰ ਤੁਸੀਂ ਐਕਟ ਲਾਉਣਾ ਵੀ ਆ ਤਾਂ ਧਾਰਾ 8 ਦੇ ਤਹਿਤ ਉਹਨਾਂ 'ਤੇ ਵੀ ਲਾਓ ਜੇਕਰ ਤੁਸੀਂ ਨਾ ਲਾਇਆ ਤਾਂ ਸਾਨੂੰ ਮਜਬੂਰ ਹੋ ਕੇ ਮਾਣਯੋਗ ਪੰਜਾਬ ਹੈਡਾਂ ਨੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਕੋਲ ਜਾ ਕੇ ਬੇਨਤੀ ਕਰਨੀ ਪੈਣੀ ਆ ਕਿ ਸਾਡੇ 'ਤੇ ਜੋ ਪੰਜਾਬ ਸਰਕਾਰ ਇੱਕ ਪਾਸੜ ਕਾਰਵਾਈ ਕਰ ਰਹੀ ਹੈ ਉਹਦਾ ਅਸੀਂ ਵਿਰੋਧ ਹੈ ਇਸ ਕਰਕੇ ਜਿਹੜੀ 8 ਧਾਰਾ ਦੇ ਤਹਿਤ ਉਹ ਜਿਹੜੇ ਲੋਕ ਕਲਪਰੇਟ ਜਿਹੜੇ ਖੁਦ ਕਲਪਰੇਟ ਹੈ ਜਿਹੜੇ ਖੁਦ SC Reservation ਦੇ ਚੋਰ ਨੇ ਉਹ ਲੋਕ ਜਿਨ੍ਹਾਂ ਨੇ ਸਾਡੀਆਂ ਪੀੜ੍ਹੀਆਂ ਖਰਾਬ ਕਰਤੀਆਂ ਉਹ ਲੋਕ ਜਿਨ੍ਹਾਂ ਨੇ ਸਾਡੇ ਬਹੁਤ ਸੰਵਿਧਾਨਕ ਹੱਕਾਂ 'ਤੇ ਡਾਕੇ ਮਾਰ ਰਿਹਾ ਅੱਜ ਉਹ ਇੱਕ FIR ਕਰਾ ਕੇ ਆਪਦੇ ਆਪ ਨੂੰ ਸਾਧ ਪੇਸ਼ ਕਰਨ ਦੀ ਕੋਸ਼ਿਸ਼ ਨਾ ਕਰਨ ਉਹ ਚੋਰ ਆ ਚੋਰ ਰਹਿਣਗੇ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਉਹਨਾਂ ਨੂੰ ਦੱਸਾਂਗੇ ਕਿ ਅਸੀਂ ਕਿਹਦੇ ਵਾਰਸ ਹਾਂ ਸਿੰਘ ਸਾਹਿਬ ਇਸ ਤੋਂ ਪਹਿਲਾਂ ਤੁਸੀਂ CM ਸਾਹਿਬ ਦੇ ਪੁਤਲੇ ਅਤੇ ਅਰਥੀ ਫੂਕ ਮਜਾਰੇ ਦਾ ਘੜੇ ਵੀ ਫੋੜੇ ਆ ਉਹਨਾਂ ਚੀਜ਼ਾਂ ਨਾਲ ਤੁਹਾਡੀ ਗੱਲ ਦੀ ਆਵਾਜ਼ ਜਿਹੜੀ ਆ ਉਹਨਾਂ ਤੱਕ ਸੁਣਾਈ ਨਹੀਂ ਦਿੱਤੀ ਹੁਣ ਝਾੜੂ ਫੂਕ ਕੇ ਲੱਗਦਾ ਤੁਹਾਡੀ ਗੱਲ ਉੱਥੇ ਤੱਕ ਜੀ ਆ ਵਿਰੋਧ ਮਤਲਬ ਕਿ ਦੇਖੋ ਗੱਲ ਇਹ ਹੈ ਸਰਕਾਰ ਦੇ ਕੰਨ ਨਾ ਇੰਨੇ ਬੋਲੇ ਹੋ ਜਾਂਦੇ ਹੁੰਦੇ ਆ ਕਿ ਉਹਨਾਂ ਨੂੰ 1, 2, 3, 4, 5 ਇੰਨੇ ਮਤਲਬ ਕਰਨ ਦੀ ਲੋੜ ਪੈਂਦੀ ਹੈ ਅੱਜ ਦੀ ਡੇਟ ਦੇ ਵਿੱਚ ਜੋ ਮਹਾਰਾਜਾ ਬਣਿਆ ਹੋਇਆ ਮਹਾਰਾਜਾ ਪੰਜਾਬ ਬਣਿਆ ਹੋਇਆ ਜਿਹਨੂੰ ਆਪਾਂ ਸੰਵਿਧਾਨਕ ਤੌਰ 'ਤੇ ਮੁੱਖ ਮੰਤਰੀ ਕਹਿੰਦੇ ਹਾਂ ਅੱਜ ਪੰਜਾਬ ਦੇ ਵਿੱਚ ਹਰ ਆਵਾਜ਼ ਜੋ ਪੰਜਾਬ ਪ੍ਰਤੀ ਹੈ ਪੰਜਾਬੀਅਤ ਪ੍ਰਤੀ ਹੈ ਜਾਂ ਆਪਣੇ ਸਮਾਜ ਪ੍ਰਤੀ ਹੈ ਕੋਈ ਵੀ ਬੰਦਾ ਆਵਾਜ਼ ਉਠਾਉਂਦਾ ਵਾ ਉਹਨੂੰ ਪਰਚਿਆਂ ਦੀ ਜਿਹੜੀ ਹੈਗੀ ਆ ਉਹ ਤੋਹਫ਼ਾ ਦਿੱਤਾ ਜਾਂਦਾ ਵਾ ਸੋ ਅੱਜ ਹੰਕਾਰ ਦੇ ਵਿੱਚ ਆ ਪੰਜਾਬ ਦੇ ਮੁੱਖ ਮੰਤਰੀ ਕੋਈ ਗੱਲ ਨਹੀਂ ਲੋਕ ਸਭਾ ਦੀਆਂ ਚੋਣਾਂ ਆਉਂਦੀਆਂ ਵਾ ਇਹਦੇ ਵਿੱਚ ਸਾਡਾ ਪੰਜਾਬ ਦਾ SC BC ਸਮਾਜ ਇਹਨਾਂ ਦਾ ਹੰਕਾਰ ਤੋੜੂਗਾ ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਇਹੀ ਸਾਰੇ ਲੋਕ ਇੱਥੇ ਤੁਹਾਨੂੰ ਡੰਡੌਤ ਕਰਦੇ ਸੀ ਜੇ ਨਾ ਆਏ ਤਾਂ ਤੁਸੀਂ ਦੇਖ ਲਓ ਵੀ ਰੈਜ਼ਰਵੇਸ਼ਨ ਚੋਰ ਫੜੋ ਮੋਰਚੇ ਦੀ ਕਿੰਨੀ ਕੁ ਅਹਿਮੀਅਤ ਹੈ ਹਾਂਜੀ ਕੁਮੜਾ ਸਾਹਿਬ ਕੀ ਕਹਿਣਾ ਚਾਹੁੰਦੇ ਮੈਂ ਬਹੁਤ ਹੀ ਸਤਿਕਾਰਯੋਗ ਸਾਡੇ ਵੱਖ ਵੱਖ ਆਗੂ ਸਹਿਬਾਨ ਧਰਨੇ 'ਤੇ ਪਹੁੰਚੇ ਨੇ ਅਤੇ ਜਿਵੇਂ SC BC ਮਹਾਂਪੰਚਾਇਤ ਵੱਲੋਂ ਪਿਛਲੇ 39-40 ਦਿਨ ਤੋਂ ਧਰਨਾ ਚੱਲ ਰਿਹਾ ਪਰ ਸਰਕਾਰ ਦੇ ਕੰਮ ਦੇ ਕੋਈ ਜੋ ਨਹੀਂ ਸਰਕੀ ਜਿਵੇਂ ਮੁੱਖ ਮੰਤਰੀ ਕਹਿੰਦਾ ਸੀ ਜਾਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਫੋਟੋ ਹਰ ਇੱਕ ਦਫ਼ਤਰ 'ਚ ਲਾਉਣੀ ਲਾਜ਼ਮੀ ਕਰਦੀ ਸੀ ਵੀ ਪਰ ਲੇਕਿਨ ਉਹਨਾਂ ਦਾ ਜਿਹੜਾ ਦੰਦ ਖਾਣ ਦੇ ਹੋਰ ਨੇ ਦਿਖਾਣ ਦੇ ਹੋਰ ਨੇ ਅਸੀਂ ਹੀ ਉਸ ਉਸ ਸੰਵਿਧਾਨ ਦੇ ਮੁਤਾਬਕ ਅਸੀਂ ਹੱਕ ਮੰਗਦੇ ਨੇ SC BC ਲੋਕ ਆਪਣੇ ਅਧਿਕਾਰ ਮੰਗਦੇ ਨੇ ਉਹਨਾਂ ਵਾਸਤੇ ਜਿਵੇਂ ਕਿ
ਆਲਮਵੀਰ ਦੀ ਗੱਲ ਕਰ ਲਈਏ, ਬਲਵੀਰ ਸਿੰਘ ਆਲਮਪੁਰ ਦੀ ਗੱਲ ਕਰ ਲਈਏ, ਵਿਜੀਲੈਂਸ ਨੇ ਬਹੁਤ ਛੇਤੀ ਉਹ ਪਰਚਾ ਕਿਸੇ ਦਬਾਅ ਪ੍ਰੈਸ਼ਰ 'ਤੇ ਦਿੱਤਾ, ਪਰ ਮੈਂ ਤੁਹਾਨੂੰ ਰਾਹੀਂ ਇਹ ਵੀ ਉਦਾਹਰਨਾਂ ਦੇਣਾ ਚਾਹੁੰਦਾ, ਮੇਰੇ ਕੋਲ 20 ਕੰਪਲੇਟਾਂ ਇਹ ਵਿਜੀਲੈਂਸ ਨੂੰ ਦਿੱਤੀਆਂ ਹੋਣੀਆਂ, ਜਦਕਿ ਡਾਇਰੈਕਟਰ ਵਿਜੀਲੈਂਸ ਨੂੰ ਮਿਲ ਕੇ ਦੇ ਕੇ ਆਇਆ, ਜਿਹਦੇ 'ਚ ਪੂਰੇ ਪੰਜਾਬ ਦਾ 1 ਅਰਬ ਰੁਪਏ ਦਾ ਘੁਟਾਲਾ ਸੀ BPL ਦਾ। ਮੈਂ ਹਾਈਕੋਰਟ ਤੋਂ ਡਾਇਰੈਕਸ਼ਨਾਂ ਵੀ ਕਰਾਈਆਂ, ਸਾਰਾ ਕੁਝ ਕਰਾਇਆ, ਡਾਇਰੈਕਸ਼ਨਾਂ ਦੇ ਮੁਤਾਬਕ ਵੀ ਵਿਜੀਲੈਂਸ ਕਾਰਵਾਈ ਨਹੀਂ ਕਰਦੀ, ਪਰ ਇਹ ਛੋਟਾ ਜਿਹਾ ਇੱਕ ਪਰਚਾ ਵਿਜੀਲੈਂਸ ਨੇ ਜਿਹੜਾ ਦਬਾਅ ਨਾਲ ਕਰ ਦਿੱਤਾ। ਅਤੇ ਵਿਜੀਲੈਂਸ ਨੇ ਹੁਣ ਜਿਵੇਂ ਤੋਤਾ, ਜਿਵੇਂ ਉੱਥੇ ਜਦੋਂ ਕਾਰਵਾਈ ਹੁੰਦੀ ਹੈ ਦਿੱਲੀ ਕਿਸੇ ਕੇਜਰੀਵਾਲ ਦੇ ਕਿਸੇ ਤੇ ਹੁੰਦੀ, ਉਹ ਤਾਂ ਕਹਿੰਦੀ ਦਬਾਅ 'ਚ ਇੱਕ ਤੋਤਾ ਬਣ ਕੇ ਕੰਮ ਕਰ ਰਹੀ ਹੈ ED ਵਗੈਰਾ, ਇੱਥੇ ਦੱਸੋ ਕਿਹਦਾ ਤੋਤਾ ਬਣ ਕੇ ਕੰਮ ਕਰ ਰਹੀ ਹੈ। ਕੱਲ੍ਹ ਭਗਵੰਤ ਮਾਨ ਜੀ ਦੀ ਤੁਸੀਂ ਸਾਰਿਆਂ ਨੇ ਵੀਡੀਓ ਸੁਣੀ ਹੋਣੀ, ਆਪਣੇ ਪਰਿਵਾਰ ਬਾਰੇ ਦੱਸਦਾ, ਆਪਣੇ ਬੱਚੇ ਬਾਰੇ ਦੱਸਦਾ, ਆਪਣੀ ਘਰਵਾਲੀ ਦਾ ਬਾਰੇ ਦੱਸਦਾ, ਕਦੇ ਛੱਲਾ ਗਾਉਂਦਾ, ਮੈਂ ਭਗਵੰਤ ਮਾਨ ਜੀ ਛੱਲਾ ਗਾਉਣ ਵਾਸਤੇ ਤੁਹਾਨੂੰ ਵੋਟਾਂ ਨਹੀਂ ਪਾਈਆਂ, 92 ਲੋਕ ਚੁਣੇ, ਤੁਹਾਨੂੰ ਛੱਲਾ ਗਾਉਣ ਵਾਸਤੇ ਨਹੀਂ ਕਿਹਾ, ਤੁਹਾਨੂੰ ਆਪਣੀ ਘਰਵਾਲੀ ਵਾਸਤੇ ਦੱਸਣ ਵਾਸਤੇ ਨਹੀਂ, ਇਹ ਲੋਕਾਂ ਨੇ ਆਪਣੇ ਨਿਆਂ ਇਨਸਾਫ ਵਾਸਤੇ ਕਰਿਆ। ਅੱਜ ਜੇ ਪੰਜਾਬ 'ਚ ਚੱਲ ਰਿਹਾ ਜੰਗਲ ਰਾਜ ਚੱਲ ਰਿਹਾ, ਉਹ ਦਿਨ ਕਿਹੜਾ ਖਾਲੀ ਹੈ ਜਿਸ ਦਿਨ ਮਰਡਰ ਨਹੀਂ ਹੁੰਦਾ, ਕਤਲ ਨਹੀਂ ਹੁੰਦਾ, ਕ੍ਰਾਈਮ ਨਹੀਂ ਹੁੰਦੀ। ਇਸ ਸ਼ਰਾਬੀ ਮੁੱਖ ਮੰਤਰੀ ਨੇ ਰੰਗਲਾ ਪੰਜਾਬ ਰੰਗਲੇ ਪੰਜਾਬ ਦਾ ਨਾਂ ਦੇ ਕੇ ਇਹਨੂੰ ਕੰਗਲਾ ਪੰਜਾਬ ਬਣਾ ਤਾ, 75,000 ਕਰੋੜ ਰੁਪਇਆ ਕਰਜ਼ਾ ਲੈ ਕੇ ਇਸ ਸ਼ਰਾਬੀ ਮੁੱਖ ਮੰਤਰੀ ਨੇ ਜਿਹੜਾ ਸਾਡੇ ਬਾਲ ਬਾਲ ਲੋਕਾਂ ਦਾ ਬੰਨਤਾ। ਅਤੇ ਹੁਣ ਜਦੋਂ ਪਿੰਡਾਂ 'ਚ ਵਿਰੋਧ ਹੋਣ ਲੱਗੇ, ਪੰਚਾਇਤੀ ਚੋਣਾਂ ਆਈਆਂ, ਅਤੇ ਹੁਣ ਕੱਲ੍ਹ ਕੈਬਨਿਟ 'ਚ ਡਿਸਾਈਡ ਕਰਦੇ 10.5 ਲੱਖ ਕਾਰਡ ਹੈ ਜਿਹੜਾ ਰਾਸ਼ਨ ਕਾਰਡ ਨੀਲਾ, ਵੀ ਉਹ ਕੱਟਿਆ ਤਾਂ ਜੀ ਦੁਬਾਰੇ ਚਲਾਉਣ ਲੱਗੇ, ਪਰ ਜਿਹੜੇ ਅਧਿਕਾਰੀਆਂ ਨੇ ਬਿਨਾਂ ਵਜ੍ਹਾ ਕੱਟੇ ਹੈ, 1 ਸਾਲ ਲੋਕਾਂ ਨੂੰ ਕਣਕ ਨਹੀਂ ਮਿਲੀ, ਉਹਨਾਂ ਅਧਿਕਾਰੀਆਂ ਦੇ ਖਿਲਾਫ਼ ਕੀ ਕਾਰਵਾਈ ਕਰਦੇ ਹੈ? ਹੁਣ ਰਾਸ਼ਨ ਕਾਰਡ ਭਗਵੰਤ ਮਾਨ ਜੀ ਤੇਰੇ ਅਧਿਕਾਰੀ ਤੇਰੇ ਚਮਚੇ ਕੱਟਦੇ ਸੀ, ਹੁਣ ਤੇਰਾ ਰਾਸ਼ਨ ਕਾਰਡ ਲੋਕ ਸਭਾ ਚੋਣਾਂ 'ਚ ਕੱਟ ਦੇਣਗੇ, ਤੂੰ ਬਹੁਤਾ ਦੇਰ ਲੋੜ ਨਹੀਂ ਹੈ। ਅਸੀਂ ਇਹਦੇ ਵਿਰੋਧ 'ਚ ਅੱਜ ਚੌਂਕ 'ਤੇ ਜਾ ਕੇ ਝਾੜੂ ਫੂਕਾਂਗੇ, ਅਤੇ ਹੋਰ ਵੀ ਜੋ ਕੁਛ ਰੋਸ ਪ੍ਰਦਰਸ਼ਨ ਕਰਨਾ ਪਿਆ ਉਹਦਾ ਅਸੀਂ ਕਰਾਂਗੇ। ਜਦੋਂ ਤੱਕ ਇਹ ਲੋਕਾਂ ਦੀਆਂ ਮੰਗਾਂ ਨਹੀਂ ਮੰਨਦੇ, ਸਾਡੀਆਂ ਜਿਹੜੇ SC BC ਜਿਹੜੇ ਲੋਕਾਂ ਨੇ ਜਾਅਲੀ ਸਰਟੀਫਿਕੇਟ ਬਣਾਏ ਉਹ ਰੱਦ ਕਰਕੇ ਉਹਨਾਂ ਦੇ ਖਿਲਾਫ਼ FIRਾਂ ਨਹੀਂ ਕਰਦੇ, ਉਹਨਾਂ ਨੂੰ ਅਰੈਸਟ ਨਹੀਂ ਕਰਦੇ, ਉਦੋਂ ਤੱਕ ਜਿਹੜਾ ਹੈ ਮੋਰਚਾ ਚੱਲਦਾ ਰਹੂਗਾ ਅਤੇ ਸਾਡਾ ਸੰਘਰਸ਼ ਤੇਜ਼ ਹੁੰਦਾ ਜਾਊਗਾ। ਬਲਵੀਰ ਸਿੰਘ ਆਲਮਪੁਰ ਦੇ ਮਾਮਲੇ ਦੇ ਬਾਰੇ ਕੀ ਕਹਿਣਾ ਚਾਹੋਗੇ, ਉਹਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੋ ਕਾਰਵਾਈ ਹੋਈ? ਉਸ ਵੀਰ ਨੇ ਜਿਹੜਾ ਸਭ ਤੋਂ ਪਹਿਲਾਂ ਪ੍ਰੋਫੈਸਰ ਹਰਨੇਕ ਸਿੰਘ ਜੀ, ਬਲਵੀਰ ਸਿੰਘ ਜੀ, 2-4 ਬੰਦੇ ਸੀ ਗਿਣਵੇਂ ਚੁਣਵੇਂ ਜਿਨ੍ਹਾਂ ਕੋਲ 2-4 ਕੰਪਲੇਟਾਂ ਸੀ, ਜਿਨ੍ਹਾਂ ਨੂੰ ਪਤਾ ਸੀ, ਉਸ ਵੀਰ ਨੇ ਇਸ ਮੋਰਚੇ ਦੀ ਅਗਵਾਈ ਕੀਤੀ ਸੀ, ਧਰਨਾ ਲਾਇਆ ਸੀ, ਉਹਨਾਂ ਨੇ ਸ਼ੁਰੂ ਕੀਤਾ ਸੀ, ਪਰ ਲੇਕਿਨ ਸਰਕਾਰ ਦੀ ਅੱਖ 'ਚ ਰੜਕਦਾ ਰਿਹਾ। ਜਿਹੜੇ 86 ਲੋਕ ਨੇ ਜਾਂ ਪੋਲੀਟੀਕਲ ਲੋਕ ਨੇ, ਉਹਨਾਂ ਦੀ ਜਿਹੜਾ IAS ਅਫਸਰ, PCS ਅਫਸਰ, ਉਹਨਾਂ ਦੀ ਸਾਰੀ ਗੱਠ ਧੁੱਪ ਹੈ, ਉਹਨਾਂ ਦੇ ਭਾਈ ਭਤੀਜੇ ਨੇ ਜਿਨ੍ਹਾਂ ਨੂੰ ਦਬਾਣ ਕਰਕੇ ਸਾਨੂੰ ਬਾਕੀ ਵੀ ਜਿਹੜੇ ਮੋਰਚੇ ਦੇ ਆਗੂ ਬੈਠੇ ਨੇ ਉਹਨਾਂ ਦਾ ਹੌਂਸਲੇ ਢਹਿ ਢੇਰੀ ਕਰਨ ਲਈ ਇੱਕ ਬਲਵੀਰ ਸਿੰਘ ਨੂੰ ਇਹਨਾਂ ਨੇ ਜਿਹੜਾ ਫੜ ਕੇ ਅੰਦਰ ਦਿੱਤਾ, ਵੀ ਤਾਂ ਕਿ ਬਾਕੀ ਜਿਹੜੇ ਆ ਘਰ ਨੂੰ ਚਲੇ ਜਾਣਗੇ, ਉਹ ਨਹੀਂ ਬੋਲਣਗੇ, ਪਰ ਲੇਕਿਨ ਇਹ ਨਹੀਂ ਹੋਊਗਾ। ਉਸ ਬਲਵੀਰ ਸਿੰਘ ਦੇ ਪਰਚਾ ਦਰਜ ਕਰਕੇ ਇਹਨੇ ਹੋਰ 200-400-500 ਬਲਵੀਰ ਸਿੰਘ ਜਾਗਦਾ ਕਰ ਲਿਆ, ਜਿਹੜਾ ਕਿ ਸੜਕਾਂ ਦੇ ਉਤਰਿਆ ਅੱਜ। ਅਤੇ ਅਸੀਂ ਸਾਰੀ ਪ੍ਰੈਸ ਨੂੰ ਇਹੀ ਕਹਿਣਾ ਚਾਹੁੰਦੇ ਹਾਂ, ਜਾਂ ਤਾਂ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ, ਜੇਕਰ ਨਹੀਂ ਮੰਗਦੇ ਤਾਂ ਅਸੀਂ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਪੰਜਾਬ 'ਚ ਪੂਰੇ ਜਿਹੜਾ ਰੋਸ ਪ੍ਰਦਰਸ਼ਨ ਹੋਊਗਾ, ਹਰ ਇੱਕ ਜ਼ਿਲ੍ਹੇ 'ਚ ਸਾਡਾ ਸਮਾਜ ਬੈਠਿਆ, ਸਾਰੀ ਜਥੇਬੰਦੀਆਂ ਬੈਠੀਆਂ, ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦੇ ਹਾਂ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਚਾਹੇ ਉਹ SC ਸੈੱਲ ਕਾਂਗਰਸ ਦਾ ਹੈ, ਚਾਹੇ SC ਸੈੱਲ BJP ਦਾ, ਚਾਹੇ SC ਸੈੱਲ ਉਹ ਕਿਸੇ ਵੀ ਪਾਰਟੀ ਦਾ, ਅੱਜ ਕੇਵਲ ਤਾਂ ਕੇਵਲ ਸਮਾਜ ਦੀ ਲੜਾਈ ਹੈ, ਸਮਾਜ ਵਾਸਤੇ ਲੜੋ। ਸਾਰੇ ਹੀ ਜਿਹੜੇ ਆਗੂ ਬੈਠੇ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀ ਜਲਦੀ ਲੜਾਈ ਲੜੋ, ਤਾਂ ਕਿ ਸਾਡਾ ਨਿਆਂ ਇਨਸਾਫ ਮਿਲ ਸਕੇ। ਥੈਂਕ ਯੂ ਸਰ। ਹਾਂਜੀ ਵੀਰ ਜੀ, ਕੀ ਨਾਂ ਕੀ ਆਪਣਾ? ਮੇਰਾ OP ਇੰਦਲ, ਐਡਵੋਕੇਟ। ਕੀ ਕਹਿਣਾ ਚਾਹੋਗੇ ਸਰ? ਮੈਂ ਤਾਂ ਇਸ ਮੋਰਚੇ ਕਾ ਸਮਰਥਨ ਕੇ ਤੌਰ ਪਰ ਯਹਾਂ ਆਤਾ ਹੂੰ ਜੀ, ਔਰ ਸਭੀ ਆਗੂਓਂ ਕੋ ਯਹਾਂ ਵੈਲਕਮ ਕਰਤਾ ਹੂੰ, ਇਸ ਕਿਉਂਕਿ ਇਸ ਮੋਰਚੇ ਕੀ ਜਿਤਨੇ ਵੀ ਮੰਗੇ ਹੈ ਉਹ ਸਭੀ ਸੰਵਿਧਾਨਿਕ ਹੈ, ਕਨਸਟੀਟਿਊਸ਼ਨ ਹੈ, ਨਿਆਏ ਸੰਗਤ ਹੈ। ਅਬ ਇੱਕ ਛੋਟਾ ਸਾ ਉਦਾਹਰਣ ਦੇਤਾ ਹੂੰ ਕਿ ਯਹਾਂ ਪੰਜਾਬ ਮੇਂ 20% ਰਿਜ਼ਰਵੇਸ਼ਨ ਹੈ ਔਰ ਆਬਾਦੀ ਉਸ ਸਮੇਂ ਕਰਦੀ 38%, ਤੋ ਯੇ ਇੱਕ ਮਜ਼ਾਕ ਹੀ ਹੈ ਨਾ ਰਿਜ਼ਰਵੇਸ਼ਨ ਕੇ ਸਾਥ, ਵੀ ਆਪ ਅਗਰ ਆਬਾਦੀ ਕੇ ਹਿਸਾਬ ਸੇ ਕਨਸਟੀਟਿਊਸ਼ਨ ਕਹਿਤਾ ਹੈ ਕਿ SC ਕੋ ਆਬਾਦੀ ਕੇ ਹਿਸਾਬ ਸੇ
रिजर्वेशन मिलेगी और यहाँ 50% ही मिल रही है अहमदाबाद अगर आज़ादी का प्रोपोर्शनेट देखें। और दूसरी बात है कि लाभ अफसरों की जो नियुक्ति है वो जनरल की तो वो कर देते हैं, एससी की रोक लेते हैं। ये ऐसा क्यों क्यों मतलब पंजाब में इस तरह का वितरण क्यों चल रहा है, एससी से क्या दुश्मनी है उनकी? देखिए इसमें पता क्या है कि कोई भी सरकार आए, कोई भी, हम ये नहीं कहते कि मान सरकार है, कोई भी सरकार आती है वो एससी के साथ विदकरा करती ही करती है। पंजाब में भी ये एक प्रथा ही बन गई है और पूरे देश में ये मान के चलो कि हम एक आइसोलेटेड लोट है। बहुत सारे एससी एमएलए भी हैं और क्या कहते हैं वो भी हैं, ब्यूरोक्रेट्स भी, अफसर भी हैं, वो लोग क्यों नहीं आवाज़ उठाते, आप लोगों के हक में क्यों नहीं बात करते? देखिए आज सारा सिस्टम ना हाईजैक हुआ हुआ है, जो पॉलिटिकल हैंड है ना वो ज़्यादा मजबूत हो गए हैं आजकल। वो लोगों को जो हमारे लोग हैं उनके ऊपर या तो उनको ऐसी जगह लगाएंगे जहां उनका कोई पर्पज नहीं है मतलब कि अफसर लगाने का, या अगर कोई लगाएगा तो वो ये सोच के लगाएगा कि ये इसकी कलम मेरे कहने से चले। देखिए हमारे अंदर अपनी भी कमी है, मैं ये नहीं कहता कि हमारे एमएलए या आईएएस आईपीएस अफसर समाज के साथ नहीं खड़े होते, ये हमारा दुर्भाग्य है, इसमें और ज़्यादा मैं कुछ नहीं बोलूँगा। पंजाब में लॉ एंड ऑर्डर के बारे में क्या कहना चाहोगे? पंजाब में लॉ ऑर्डर तो देखिए कि आजकल हर रोज़ आप देखो एक्सीडेंट कितने बढ़ गए और ये जो चोरी है और ये चिट्टा है जिसको ड्रग कहते हैं वो कितना बिकना शुरू हो गया, मतलब कि लोगों के बच्चे यंग बच्चे। इसमें आम आदमी पार्टी को लोग क्या पंजाब के लोग दोबारा से उस चीज़ में ले आएंगे? मेरे ख्याल से तो जिस तरह से हमारे साथ झाड़ू दिखा करके बाबा साहब को दिखा करके जो धोखा किया है, अब दोबारा हम इस धोखे में आने वाले नहीं हैं। पंजाब सरकार ने नई सुरक्षा सड़क सुरक्षा स्कीम चालू की है, इस बारे में आप क्या कहना चाहोगे? भगवन मान ने कल अनाउंसमेंट किया, वो सही है सुरक्षा, क्या लोगों के लिए वो फायदेमंद होगी? देखिए ये तो प्रैक्टिकल क्या होता है इसमें, इसके आउटपुट अभी नहीं आए, तो कल ही तो घोषणा की है। हम तो ये कह रहे हैं कि इसके स्कीम लाओ ना, स्कीम के साथ साथ उसका इम्प्लीमेंटेशन भी होना चाहिए ना। राइट सर, क्या कहना चाहोगे? असी SCVC पंचायत वालों जो इतने 7 बजे दिया लाइटा के उत्ते रिजर्वेशन चोर फड़ो मोर्चा चल रहा है, उदे विच अज असी क्योंकि सरकार ने साडे आगू के उत्ते बलवीर सिंह जी आलमपुर के उत्ते झूठी FIR दर्ज करके उन्होंने जोड़ा अंदर धक्या होया है, और असी सरकार तो ये मंग करते हैं कि बिना शर्त उन्होंने जो झूठी FIR है वह कैंसल करके उन्होंने रिहा कराया जाए। अगर रिहा नहीं होंगे जिहड़े बलबीर सिंह वर्गे जुझारू आगू साडे अज पिंडां च बैठे है, जदों ये खबर पिंडां विच फैली बलबीर सिंह वर्गे सैकड़े ही होर नौजवान पैदा हो गए, जिदे नाल सरकार नूं आउण वाले टाइम दे विच सरकार नूं अपनी जिहड़ी जमीन है वह तराशनी पऊगी। इस करके अज असी इत्थे जिहड़ा झाड़ू फूक सरकार दा जिहड़ा चोण निशान झाड़ू है वह झाड़ू फूक मुजहरा असी हुणे करन जा रहे हां, और सरकार नूं दोबारा फिर ये बेनती करते हैं और अपील करते हैं, इस गल की चेतावनी भी दिंदे हां कि साडे सबर नूं ना परखो क्योंकि मौसम भी खुल गया, हुण आउण वाले टाइम दे विच जिहड़े तुहाडे सरकारी MLA है वह MLA जिहड़े पिंडां च जाणगे तां साडे लोग खड़े हो के उहनां नूं पिंडां च वरना हुंदा बंद कर देणगे, तां तुसीं तां इलैक्शनां जित के सेंटर दीआं सरकारां बनाउण दीआं गल्लां करदे, किते इह ना होवे कि जिहड़ी तुहाडी पिछली सरकार बनी हुई है यह भी तुहाडे हत्थों जांदी रहे। मैं तो इन्ना ही कहिंदा होया और प्रेस मीडिया का बहुत धन्यवाद।